लो भी विद्रोह स्वागत करते हैं जी फिर तो ताड़ा अपने चैनल। हेलो गाइस स्वागत करते हैं जी फिर तो नवे ब्लॉग च। आज फिर आप फिर गुड्डिया गड्डिया डाउन लगे हैं तो अज पतंगा के पिछे जाएंगे। अज आप डाउन लगे पतंग अपने नारियल भाजी चेक करो लगे हैं पतंग डाउन से चल डा दे ये देखो कितने उड़ती वेखो चंगी भली पतंग इन्हों को बच्चों को कितने उड़नी है लानती जे को भाई सारे इदा ही कहते होंगे जो उड़े ना पतंग मैं को वेखा देखो गाइस पतंग तो उड़नी आती नहीं कदों का साडा ही मर जाता हूँ एक बार ला के जोड़ भी ली पतंग हूँ वाह ही हूँ ही डा दे भरा इन्नी तेज हवा हो गई है झंडा तुम वेख ही सकते जो इन्नी तेज हवा गई हाले भी ये महा बिंता ना ही उड्डन दी है बिंता ना ही उड्डन दी है जिन्ना पेचा लाना वो वेखो कि है कि आ गई है कि इंटरव्यू कराइए है लो गाइस मनी ने करती पतंग सैट ओ जान दी हुण सिद्धी कि नहीं बादशाह चेक कर पतंग ओ देखो गाइस जिन्ना ने बेचा लाना है उन्होंने बराबर की लगभग हो ही चली है अपनी कितने लगी है आहो देख देगी पेचा वाल पा के टोल ला पतंग ही भरा गुड्डा एवं लाया मिनटा मुटा करके हूँ फिर लग चला है बेचा भाई नहीं लगा बस चल 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 कोई नहीं देखी दी होगी लो यार पतंग वे लो कितने गई पतंग मनी डांस करी है मनी की गल लो जी गाइस पहला पेचा तुहानू विखा नहीं पाए क्योंकि आर्यन ने सारी वीडियो स्लो मोशन च बनाती है आपां वढ़ती ही उन्हां दी उस तो बाद हाडी गण तो वट चल गया ही तो टुट गई वो तुहानू आपां विखा नहीं पाए ये ना सोचो कि आपां वढ़ाई पर आपां वढ़ती हुई हूँ आर्यन ने डाया पेचा कुगू साज साज दसी वड्डी ना पतंग आपां बस हूँ आर्यन डाउन लगा दोबारा फिर हूँ वेखदे आ की माहौल चाल बनता हूँ इन्हू नहीं कैमरा फड़ा ये जाली है चल हूँ आर्यन चलो हूँ विखाने तू आर्यन की करता अही तो एक वढ़ती फिर टुट गई कुगू तू दस इन्हें तो जरदा ही नहीं बस लोगों को पता ही जरदा ही नहीं तू मामा वेख लो जी पतंग तो मैं करती सही ਮੜੀ ਕੰਨੀ ਖਣੀ ਮੈਂ ਉਦੋਂ ਨੂੰ ਕਰਦੀ ਆ ਮੜੀ ਗੱਟੀ ਟੇਬਲ ਆ ਕੇ ਨਸਈ ਕੀਤੀ ਆ ਕੰਨੀ ਬੰਨੀ ਵਿਖਾ ਪਰ ਤੰਗ ਹੈ ਕੰਨੀ ਬੰਨੀ ਵੇਖ ਨੂੰ ਕਿਆ ਕੰਨੀ ਬੰਨੀ ਆ ਵੇਖੀ ਕੰਨੀ ਬੰਨੀ ਆ ਨਾ ਬਸ ਉਹ ਦੱਦਾ ਕਹਿਣਾ ਹੀ ਆ ਡਾਰੇ ਅੱਜ ਲੈ ਗੁੱਡੋ ਨੰਨਾ ਪਈ ਆ ਕੋਈ ਕੋਈ ਉੱਡੀ ਅੱਜ ਗਾਜੀਏ ਭਰਾਵਾ ਰਸਮਾ
ਹਾਂਜੀ ਹਾਂਜੀ ਤੁਹਾਨੂੰ ਵੀ ਤੁਹਾਨੂੰ ਵੀ ਠੀਕ ਹੈ ਠੀਕ ਹੈ ਲਾ ਲੈ ਮੈਨੂੰ ਚੱਕ ਚੱਕ ਤੰਗ ਤੰਗ ਆਪਣੀ ਹਲਕੀ ਆ ਹਲਕੀ ਤੰਗ ਜਾਂਦੇ ਉੱਧਰ ਨੂੰ ਠੀਕ ਹੈ ਚਲੋ ਲਓ ਜੀ ਗਾਈਸ ਚੱਲ ਵੀ ਆ ਵੇਲੋ ਮੈਂ ਕਦੋਂ ਦਾ ਡੋਨਿਆ ਪਤੰਗ ਕੱਢੀ ਓਕੇ ਰਿਪੋਰਟ ਸੀ ਆ ਜੀ ਆਪਣੀ ਘੁਮਾਉਣ ਦਿਆ ਹੁਣ ਆ ਰਹੀ ਹੁਣ ਕਿਵੇਂ ਪੂਰੀ ਰੀਜ ਨਾ ਆ ਜੀ ਉਹਨਾਂ ਦੀ ਪਤੰਗ ਚਲੋ ਮੋੜ ਥੱਲੇ ਨੂੰ ਚੱਲ ਆ ਰਹੀ ਹੈ ਨਾ ਸਾਲਾ ਹੁਣ ਥੋੜ੍ਹੀ ਜਿਹੀ ਘਾਟੇ 'ਚ ਹੋ ਗਈ ਲੋ ਜੀ ਆ ਰਹੀ ਹੈ ਨਾ ਪੜ੍ਹ ਗਈ ਤਾਂ ਮੰਦਰ ਆ ਗਿਆ ਕਿ ਨਹੀਂ ਚੱਲ 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 ਆ ਰਹੀ ਹੈ ਬਹੁਤ ਵਧੀਆ ਬਹੁਤ ਵਧੀਆ ਮੇਰਾ ਪੇਚਾ ਇਹਨੇ ਵਿਖਾਇਆ ਨਹੀਂ ਸ਼ਦਾਈ ਨੇ ਸਲੋ ਮੋਸ਼ਨ 'ਚ ਵੀਡੀਓ ਬਣਾ ਤੀ ਪਿੱਛੇ ਪਿੱਛੇ ਜਾਈ ਜਾ ਨਾਲ ਨਾਲ ਆ ਰਹੀਆਂ ਬਾਂਦਰ ਵਾਂਗੂ ਨਾ ਛਾੜਾ ਮਾਰ ਬੰਦੇ ਵਾਂਗੂ ਜਾ ਹੋ ਰਹੇ ਮੂੰਹ ਵੇਖੋ ਆਰੀਅਨ ਭਾਜੀ ਪੇਚਾ ਵਧੀਆ ਗਿਆ ਯਾਰ ਗਜਬ ਬੇਇੱਜ਼ਤੀ ਹੈ ਚਲੋ ਕੋਈ ਨਹੀਂ ਹੌਸਲਾ ਹੀ ਆ ਖਿੱਚੋ ਡੋਰਾ ਉਹ ਜਾਂਦੀ ਆਪਣੀ ਪਤੰਗ ਕਟਾਈ ਬੋਏ ਕਰਾਤੀ ਜੀ ਅੱਜ ਫਿਰ ਚਲੋ ਕੋਈ ਨਹੀਂ ਹੌਸਲਾ ਹੀ ਆ ਚੱਲਦਾ ਇੰਨਾ ਕੁ ਬਾਬੇ ਉਹ ਹੁਣ ਆਪਣਾ ਵੀਰ ਡਾਉਣ ਲੱਗਾ ਗੁੱਡਾ ਡਿਜ਼ਾਇਨ ਵਿਖਾਈ ਗੁੱਡੇ ਦਾ ਕਿਹੜਾ ਹੈਗਾ ਦੋ ਅੱਖਾਂ ਦਾ ਚੱਲ ਘੁੱਗੂ ਬਾਦਸ਼ਾਹ ਫਿਰ ਪਾ ਤਲਾਤ ਨੂੰ ਵੈਸੇ ਹੁਣ ਮਾਹੌਲ ਚਾਲ ਤਾਂ ਹੈਗਾ ਨਹੀਂ ਇਸ ਟਾਈਮ ਗੁੱਡੀ ਦਾ ਹਵਾ ਚੱਲਣ ਦੀ ਪਰ ਗੁੱਡੀ ਗਾਡੀ ਘੱਟ ਹੀ ਆ ਇੱਕੋ ਹੀ ਗੁੱਡਾ ਉੱਡਦੇ ਆ ਵੀ ਕਿੰਨੀ ਪਰਾਂ ਵੇਖੋ ਆਪਾਂ ਫਿਲਹਾਲ ਡੋਨੇ ਆ ਜੇ ਕੋਈ ਪੇਚਾ ਲਾਉਣ ਵਾਲਾ ਆਊਗਾ ਠੀਕ ਆ ਨਹੀਂ ਤਾਂ ਫਿਰ ਲਾ ਲਾਂਗੇ ਫਿਰ ਹੋਰ ਕਿਉਂ ਹਨਾ ਵੀ ਫਿਰ ਮੈਂ ਤੈਨੂੰ ਲੱਖ ਰੁਪਇਆ ਦਊ ਕਹਿ ਫਿਰ ਮੈਂ ਤੈਨੂੰ 2000 ਰੁਪਇਆ ਦਊ ਚੱਲ ਆ ਰਹੀ ਆ ਫਿਰ ਪੜ੍ਹ ਕੇ ਸੁਣਾ DODGERS ਕੀ ਲਿਖਿਆ ਕੀ ਆ ਕਿੱਥੇ ਗਿਆ ਗੁੱਡਾ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਘੁੱਗੜਾ ਗੁੱਡਾ ਹੀ ਚੜਾ ਤਾ ਚਲੋ ਕੋਈ ਨੀ ਯਾਰ ਹੁਣ ਘੁੱਗੂ ਹਡੂਮੋਣ ਲੋ ਜੀ ਗਾਈਸ ਘੁੱਗੂ ਨੂੰ ਜਗਾੜ ਲਾ ਕੇ ਦਿੱਤਾ ਟੇਪ ਨਾਲ ਚੱਲ ਹੌਲੀ ਹੌਲੀ ਖਿੱਚ ਗੁੱਡਾ ਡੁੰਮੀਏ ਮੈਂ ਗਿਆ 25 ਰੁਪਏ ਦਾ ਗੁੱਡਾ ਨੁਕਸਾਨ ਕਿਉਂ ਕਰਨਾ ਮੈਂ ਚੱਲ 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 ਸ਼ਾਬਾਸ਼ ਵੈਰੀ ਗੁੱਡ ਧਿਆਨ ਨਾ ਇੱਥੇ ਸਰੀਏ 'ਤੇ ਨਾ ਹਟ ਜੇ ਗਾਂਹ ਨੂੰ ਕਰ ਦਿਓ ਹਾਂ ਵੈਰੀ ਗੁੱਡ ਬਹੁਤ ਵਧੀਆ ਚਲੋ ਜੀ ਗੁੱਡਾ ਆ ਗਿਆ ਜੀ ਹੁਣ ਆਪਣੇ ਬਹੁਤ ਤੇਜ਼ ਹੋ ਰਿਹਾ ਹੈ ਫਾਈਨਲੀ ਗਾਈਸ ਗੁੱਡਾ ਆ ਚੁੱਕਾ ਹੈ ਆ ਵੇਖੋ ਐਵੇਂ ਇੰਟਰਫੇਅਰ ਕਰਦੇ ਰਹਿੰਦੇ ਸਾਡੀਆਂ ਗੱਲਾਂ 'ਚ ਹਾਂਜੀ
ਲੈਂਦਾ ਵੀਰ ਬੱਸ ਲਾਓ ਡਲੋ ਡਾਓ ਪਤੰਗ ਵੜਤੀ ਆਪਾਂ ਲੱਥਣੀ ਕੀ ਆ ਭਾਈ ਸ ਘੁੱਗੂ ਨੇ ਗੁੱਡਾ ਪਾੜ ਵੀ ਲਿਆ ਹੁਣ ਜੋੜਦਾ ਪਿਆ ਜੀ ਭਰਾ ਪਹਿਲਾਂ ਹੀ ਪਾਟਾ ਐਵੇਂ ਪਹਿਲਾਂ ਪਾਟਾ ਹੋਰ ਓ ਗਾਈਸ ਮਣੀ ਡਾਤਾ ਗੁੱਡਾ ਹੁਣੇ ਗੁੱਡਾ ਫਟ ਗਿਆ ਆਇਆ ਕਿੱਥੇ ਆ ਓਡੀ ਜੱਲਿਆ ਲੈ ਆਇਓ ਲੈ ਲੱਗੀ ਨੈਸ਼ ਹਾਂਜੀ ਚੱਲ ਚੱਲ ਡਾ ਦੇ कई ढीठ होंगे कई नैश होंगे ते आ अपना बंदा दोनों ही मान लिया है ना नैश भी ढीठ भी इधर आपां पता कर रहे पेटी बारे कोई नहीं यार फिर की आ रहे क्या जी पैकिंग मिल रही यार की अपना चल कोई नी यार नहीं पानी दे चलो भाई लग गया बेचा यार भाई ने डोल गद्दी उड़ चल आ दे देखी जोगी गाना भले ने पे गट्टू गाना की कर रहे आहो गट्टू गाना ले कोई नहीं मगर रहे उठा दे कोई और हाय रे चलो बादशाह लग गया बेचा आहो आहो लगन दे आ पिछे मार गया थोड़ा इधर आ इधर इधर आ वड़ना 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 वा है ओए फिर कराती है ओए यार वड्या गया जी गाइस हुन नारियल भाई डान लगे अगला गुड्डा ओए होए होए गुड्डा ही आ रही है वगा जी चेक करो गाइस गुड्डा डाल है इनू अगली नहीं हैगी मैं गुड्डा ले ही आ गया 5 मिनट जे उठे मान लो उधर एक वाडा गुड्डा लुटन नु किवें छाला मारदा चोर गया धन्यवाद भाई अंदर चेक करो अगे भाई तो तोड़ के की करना है ना कोई नहीं तोड़ लो क्या दान कीता है थानू हो गया गल मोमो मोमोस दी एक एक प्लेट मैं खवावांगा एक मिनट तू खवाने तू खवाएगा मुझे खवाया ना उन्हें हां खवाया खवाया फिर इतनी भूख मरी पई रहती है मैं कोल्ड ड्रिंक पिया दे ओए देखो पियाई नहीं गई अभी तक यार तू शर्ट ला हूं कोल्ड ड्रिंक शर्ट ला ला चल कोल्ड ड्रिंक नहीं होगी चल मंजूर है पियोनी आ पियाऊंगा यार बंद करना फिर कुछ के और पैसे होने कैश ले कैश दा चल ले इधर मेनू दियो पैसे मेरे को पैसे आ गए ला अल्लाह चल ठीक है चल ठीक है शर्ट होगी शर्ट होगी होगी पोच मनी चल ठीक है पोच कौन जीता मैंने शर्त शर्त भाई आ रही है तुझे जीते जी हां जी और कॉल दी था भाई बड़ा होया वा जी जी नहीं कर सकते लोग च की तेरा सिर है की तेरा सर काड़ा भाई काड़ा मुकड़ के जुबान ये रहेगी ये कुड़ी है मेरी है कि मैं हुन पिलाना मैं पैसे फड़ाए रोहर च किथे है पैसे पैसे ला पैसे दापले ब्लॉग ओए एक मिनट दा पैसा दे देना पैसा दे देना ले 100 रुपया दे उधर ले आना जे चलो भाई खत्म कर दे हारा गुड़ा गया वापस नहीं तकना भजना वापस गुड़ा मैं चलो ठीक है चंगा नहीं नहीं यार गुड्डा होने वापस ले ना को
ਆ ਮੁੰਨੇ ਜਾਣਾ ਕਿਸੇ ਆ ਮੁੰਨੇ ਹੁਣੇ ਘਰ ਜਾਣਾ ਵਾ ਤੇ ਉਹ ਕਾਸ਼ਨ ਚੱਲੇ ਆਪਾਂ ਚੰਗਾ ਚੰਗਾ ਮਜ਼ਾਕ ਲੱਗਿਆ ਪਾਗਲ ਲੱਗਿਆ ਯਾਰ ਹਾਸੀਆਂ ਖੇਡਿਆ ਕੀਤੀਆਂ ਤੂੰ ਇਹਦੇ ਗੁੱਸਾ ਇਹਨੂੰ ਪਾਇਨ ਤੇ ਕੋ ਗੁਣਾ ਇਹਦੇ ਲਈ ਕੱਢ ਲਿਆ ਅੱਜ ਨੂੰ ਭਰਾ ਵੇ ਨਾ ਜਿਹੜੇ ਲੈ ਹੀ ਉਹ ਵੀ ਮੋੜਦੇ ਆ ਆ ਰਹੀਆਂ ਨਾ ਇਹਦੇ ਰੱਖੀ ਦੇ ਪਹਿਲਾਂ ਤੇਰੇ ਕੋ ਉਹਦਾ ਦਿਲ ਖੁੱਲਾ ਤੇਰੇ ਕੋ ਉਹਦਾ ਦਿਲ ਨਹੀਂ ਹੈਗਾ ਉਹਦਾ ਦਿਲ ਖੁੱਲਾ ਉਹਨੇ ਗਰੀ ਮੰਗੇ ਮੇਰੇ ਕੋ ਪੈਸੇ ਪਾਪਾ ਪੈਸੇ ਦੇ ਦੋ ਮੈਂ ਨਾਲ ਹੀ ਪੈਸੇ ਦੇ ਦਿੰਦਾ ਅੱਜ ਕੋ ਇੱਕ ਵਾਰ ਇੱਕ ਆਰਟਿਸਟ ਇੱਕ ਬਹੁਤ ਵਧੀਆ ਦੇ ਆ ਪਿਛਲੀ ਵਾਰ ਕੋ ਬੇਸਤੀ ਹੋਈ ਸੀ ਨਾ ਹਾਂ ਐਨ ਕੀ ਫਿਰ ਲੱਗਦਾ ਸੀ ਚਲੋ ਵਿਆਹ ਹੀ ਚਲੋ ਬੇਸਤੀ ਹੋਈ ਸੀ ਬਹੁਤ ਠੀਕ ਆ ਗਾਇਸ ਹੁਣ ਆਪਾਂ ਤੁਹਾਨੂੰ ਮਿਲਦੇ ਆ ਅਗਲੇ ਵਲੋਗ ਚ ਆਪਾਂ ਇੱਥੇ ਕਰਦੇ ਆ ਚੰਗਾ ਜੀ।